ਸਾਰੇ ਸਵੈ ਰਾਈਡਰਸ ਵਾਸਤੇ ਜਿਹੜੀ ਹੈ ਸੈੱਲ ਸਰਵਿਸ ਹੋਣੀ ਚਾਹੀਦੀ ਹੈ TTC ਦੇ ਉੱਪਰ ਇਹ ਕਹਿਣਾ ਹੈ ਫੈਡਰਲ ਗਵਰਨਮੈਂਟ ਦਾ ਔਰ ਇੱਕ ਟਾਈਮਲਾਈਨ ਦਿੱਤੀ ਗਈ ਹੈ ਜਿਸ ਦੇ ਵਿੱਚ ਸੈੱਲਫੋਨ ਸਰਵਿਸ ਜਿਹੜੀ ਹੈ ਸਾਰੇ TTC ਦੇ ਸਵੈ ਰਾਈਡਰਸ ਨੂੰ ਮਿਲਣੀ ਚਾਹੀਦੀ ਹੈ ਇੱਕ ਪ੍ਰੈਸ ਪ੍ਰੈਸ ਕਾਨਫਰੰਸ ਹੋਈ ਸੀਗੀ ਨਿਊਜ਼ ਕਾਨਫਰੰਸ ਹੋਈ ਸੀਗੀ ਜਿਸ ਦੇ ਵਿੱਚ ਜਿਹੜੇ ਮਿਨਿਸਟਰ ਆਫ ਇਨੋਵੇਸ਼ਨ ਐਂਡ ਸਾਇੰਸ ਐਂਡ ਇਕਨੋਮਿਕ ਡਿਵੈਲਪਮੈਂਟ ਹੈਗੇ ਨੇ ਫਰੈਂਕੁਆਸ ਫਿਲਿਪ ਸ਼ੈਂਪੇਨ ਉਹਨਾਂ ਨੇ ਕਿਹਾ ਕਿ ਇਹ ਸਾਰੀ ਕੰਡੀਸ਼ਨ ਜਿਹੜੀਆਂ ਇੰਪੋਜ਼ ਕੀਤੀ ਜਾਣਗੀਆਂ ਸਾਰੇ ਕੈਰੀਅਰਜ਼ ਦੇ ਉੱਪਰ ਜਿਹੜੇ ਕਿ ਸਿਟੀ ਦੇ ਵਿੱਚ ਸਰਵਿਸ ਪ੍ਰੋਵਾਈਡ ਕਰਦੇ ਨੇ ਔਰ ਉਹਨਾਂ ਸਾਰਿਆਂ ਦੇ ਵਿੱਚ ਜਿਹੜੀ ਹੈ ਵਾਇਰਲੈਸ ਸਰਵਿਸ 3 ਹਫ਼ਤਿਆਂ ਦੇ ਅੰਦਰ ਅੰਦਰ ਰਾਈਡਰਸ ਨੂੰ ਮਿਲਣੀ ਚਾਹੀਦੀ ਏ ਸੈਲੂਲਰ ਜਿਹੜੀ ਕਨੈਕਟੀਵਿਟੀ ਹੈਗੀ ਐ ਸਬਵੇਜ਼ ਦੇ ਉੱਪਰ ਇਹ ਇੱਕ ਕਨਵੀਨੀਅੰਸ ਨਹੀਂ ਹੈਗੀ ਇਹ ਇੱਕ ਨੈਸ ਟੈਟਸਿੱਧ ਜਿਹੜੇ ਪੈਸੇਂਜਰਸ ਹੈਗੇ ਉਹਨਾਂ ਨੇ ਬਹੁਤ देर ਇੰਤਜ਼ਾਰ ਕੀਤੀ ਹੈ ਤਾਂ ਕਿ ਉਹਨਾਂ ਨੂੰ ਇਹ ਐਕਸੈਸ ਮਿਲੇ ਸੈਲੂਲਰ ਸਰਵਿਸਿਜ਼ ਦਾ ਜਦੋਂ ਇਹ ਸਭੇ ਨੂੰ ਰਾਈਡ ਕਰਦੇ ਨੇ ਔਰ ਹੁਣ ਉਹਨਾਂ ਨੂੰ 3 ਅਕਤੂਬਰ ਤੱਕ ਕੁਝ ਇਨਫਰਾਸਟ੍ਰਕਚਰ ਜਿਹੜਾ ਹੈ ਇਸ ਦਾ ਮਿਲਣਾ ਚਾਹੀਦਾ ਹੈ ਸਾਰੇ ਹੀ TTC ਰਾਈਡਰਸ ਭਵੇਂ ਉਹਨਾਂ ਦਾ ਕੋਈ ਵੀ ਪ੍ਰੋਵਾਈਡਰ ਹੋਵੇ ਉਹਨਾਂ ਦੇ ਕੋਲ ਸਰਵਿਸ ਹੋਣੀ ਚਾਹੀਦੀ ਹੈ ਸਬਵੇ ਸਿਸਟਮ ਦੇ ਕੁਝ ਪਾਰਟ ਦੇ ਵਿੱਚ ਜਿਹੜਾ ਕਿ 5G ਇਨਫਰਾਸਟ੍ਰਕਚਰ ਜਿਹੜਾ ਆਲਰੇਡੀ ਚੱਲ ਰਿਹਾ ਹੈ ਔਰ ਕੁਝ ਜਿਹੜੇ ਇਸ ਜਿਹੜੇ ਟਾਈਮਲਾਈਨਸ ਦਿੱਤੀਆਂ ਗਈਆਂ ਨੇ ਨਵੀਆਂ ਕੰਡੀਸ਼ਨਸ ਇੰਪੋਜ਼ ਕੀਤੀਆਂ ਗਈਆਂ ਨੇ ਉਸ ਦੇ ਵਿੱਚ ਹੈ ਕਿ 3 ਅਕਤੂਬਰ ਤੱਕ ਜਿਹੜੀ ਵਾਇਰਲੈਸ ਐਕਸੈਸ ਦਿੱਤਾ ਜਾਏਗਾ ਸਾਰੇ TTC ट्रांजिट ਰਾਈਡਰਸ ਨੂੰ ਜਿਹੜੇ ਕਿ ਜਿਨ੍ਹਾਂ ਦੇ ਕੋਲ ਆਲਰੇਡੀ ਐਗਜ਼ਿਸਟਿੰਗ ਇਨਫਰਾਸਟ੍ਰਕਚਰ ਹੈਗਾ ਹੈ ਦਸੰਬਰ ਵੀ 2023 ਤੱਕ ਡੈਡਲਾਈਨ ਦਿੱਤੀ ਗਈ ਹੈ ਲੈਸੈਂਸਸ ਵਾਸਤੇ ਤਾਂ ਕਿ ਕਮਰਸ਼ੀਅਲ ਐਗਰੀਮੈਂਟ ਲੈ ਕੇ ਆਣ ਜੂਨ 2024 ਤੱਕ ਵਾਇਸ ਟੈਕਸਟ অর ਡਾਟਾ ਅਵੇਲੇਬਲ ਹੋਏਗਾ ਸਾਰੇ ਸਟੇਸ਼ਨਸ ਦੇ ਉੱਪਰ ਦਸੰਬਰ 2025 ਤੱਕ ਵਾਇਸ ਟੈਕਸਟ অর ਡਾਟਾ ਅਵੇਲੇਬਲ ਹੋਏਗਾ 80% ਟਨਲਸ ਦੇ ਵਾਸਤੇ ਔਰ ਦਸੰਬਰ 2026 ਤੱਕ ਵਾਇਸ ਟੈਕਸਟ ਡਾਟਾ ਸਾਰੀਆਂ ਟਨਲਸ ਦੇ ਵਿੱਚ ਅਵੇਲੇਬਲ ਹੋਏਗਾ ਔਰ ਰੋਜਰ ਜਿਹੜਾ ਹੈ ਪੇਰੈਂਟ ਕੰਪਨੀ ਹੈਗੀ ਸਟੇਸ਼ਨ ਦੀ ਔਰ ਵੈਬਸਾਈਟ ਦੀ ਇਸ ਕਰਕੇ ਆਲਰੇਡੀ ਰੋਜਰ ਜਿਹੜਾ ਹੈ 5G ਪ੍ਰੋਵਾਈਡ ਕਰਦਾ ਹੈ ਤੇ ਇਹ ਜਿਹੜੇ ਟੀਚੇ ਦਿੱਤੇ ਗਏ ਨੇ ਸਾਰੇ ਸਰਵਿਸ ਜਿਹੜੀ ਹੈ ਪ੍ਰੋਵਾਈਡ ਕਰਾਈ ਜਾਏ ਕਸਟਮਰਸ ਨੂੰ